ਦੇ ਮਾਪੇ ਚਾਹੇ ਕਿ ਕਿਤੇ ਮੁਰਗੀ ਦਾ ਈਲ ਕੱਢ ਲੈਂਦਾ ਪਰ ਸੁਝਾ ਕੋਚਲੇ ਨਿਕਲਦਾ ਉਹ ਨਾਲ ਨਾਲ ਬਹੁਤ ਸਾਰੇ ਆਂਡੇ ਲਿਖੇ ਨੇ ਅਗਰ ਇੱਥੇ ਕੁਝ ਨਹੀਂ ਹੋਤਾ ਤਾਂ ਇਸ ਤਰ੍ਹਾਂ ਨਹੀਂ ਸਮਝਾਉਣ ਮੈਂ ਕਰਾਂਗੀ ਆਮਾ ਕਹਾਣੀ ਇਸ ਕਹਾਣੀ ਦੇ ਡਿਟੇਲ ਵਿੱਚ ਲੁਕਤ ਪੜਾ ਕੇ 109 ਬੁੱਕ ਪੇਜ ਨੰਬਰ 9 ਹਾਂਜੀ ਬੇਟਾ ਦੇਖੋ ਸਟੋਰੀ ਸੋਨੇ ਦਾ ਅੰਡਾ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਜ਼ਮੀਨ ਬਹੁਤ ਘੱਟ ਸੀ ਇਸਨੇ ਉਸਨੇ ਆਪਣੇ ਗੁਜ਼ਾਰੇ ਲਈ ਕੁਕੜੀਆਂ ਪਾਲ ਰੱਖੀਆਂ ਸਨ ਕੁਕੜੀਆਂ ਆਂਡੇ ਦਿੰਦੀਆਂ ਕਿਸਾਨ ਆਂਡੇ ਬਾਜ਼ਾਰ ਵਿੱਚ ਜਾ ਕੇ ਵੇਚ ਆਉਂਦਾ ਆਂਡਿਆਂ ਬਦਲੇ ਜਿੰਨੇ ਪੈਸੇ ਉਸਨੂੰ ਮਿਲਦੇ ਉਹਨਾਂ ਦਾ ਰਾਸ਼ਨ ਲੈ ਆਉਂਦਾ ਮੀਨਸ ਖਾਣ ਪੀਣ ਦਾ ਸਮਾਨ ਲੈ ਆਉਂਦਾ ਇਸ ਤਰ੍ਹਾਂ ਉਸ ਦਾ ਗੁਜ਼ਾਰਾ ਚੱਲ ਰਿਹਾ ਸੀ ਇੱਕ ਦਿਨ ਕਿਸਾਨ ਕੁਕੜੀਆਂ ਦੇ ਆਂਡੇ ਇਕੱਠੇ ਕਰ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਇੱਕ ਚਮਕਦੀ ਜਹੀ ਚੀਜ਼ ਤੇ ਪਈ ਚਮਕਦੀ ਮੀਨਸ ਲਿਸ਼ਕ ਦੀ ਜਹੀ ਚੀਜ਼ ਤੇ ਪਈ ਕਿਸਾਨ ਆਪਣੇ ਆਪ ਵਿੱਚ ਵਿੱਚ ਕਹਿਣ ਲੱਗਾ ਹੈ ਹੈ ਸੋਨੇ ਦਾ ਆਂਡਾ ਸੋਨੇ ਦਾ ਆਂਡਾ ਇੱਥੇ ਇੱਥੇ ਕਿੱਥੇ ਉਸ ਨੇ ਸੋਨੇ ਦਾ ਆਂਡਾ ਚੁੱਕ ਕੇ ਵੇਖਿਆ ਉਹ ਵਾਕਿਆ ਹੀ ਸੋਨੇ ਦਾ ਆਂਡਾ ਸੀ ਉਸ ਨੇ ਸੋਨੇ ਦਾ ਆਂਡਾ ਆਪਣੀ ਪਤਨੀ ਨੂੰ ਵਿਖਾਇਆ ਪਤਨੀ ਵੀ ਖੁਸ਼ ਹੋ ਗਈ ਹੁਣ ਉਹ ਸੋਨੇ ਦਾ ਆਂਡਾ ਲੈ ਕੇ ਬਾਜ਼ਾਰ ਨੂੰ ਚੱਲ ਪਿਆ ਉਸਨੇ ਅੰਡਾ ਸੁਨਿਆਰੇ ਨੂੰ ਵਿਖਾਇਆ ਸੁਨਿਆਰੇ ਨੇ ਕਿਸਾਨ ਨੂੰ ਅੰਡੇ ਬਦਲੇ ਚੰਗੇ ਪੈਸੇ ਦਿੱਤੇ ਕਿਸਾਨ ਖੁਸ਼ੀ-ਖੁਸ਼ੀ ਘਰ ਪਰਤ ਆਇਆ ਘਰ ਪਰਤ ਆਇਆ ਪਰਤਾ ਮੀਨਸ ਘਰ ਵਾਪਸ ਆ ਗਿਆ ਅਗਲੇ ਦਿਨ ਕਿਸਾਨ ਫਿਰ ਅੰਡੇ ਇਕੱਠੇ ਕਰਨ ਗਿਆ ਉਸ ਦੇ ਯਾਦ ਚਿੱਤ ਵੀ ਨਹੀਂ ਸੀ ਕਿ ਅੱਜ ਵੀ ਸੋਨੇ ਦਾ ਅੰਡਾ ਪਿਆ ਮਿਲੇਗਾ ਪਰੰਤੂ ਉਸ ਦੇ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਸੋਨੇ ਦਾ ਸੋਨੇ ਦਾ ਇੱਕ ਆਂਡਾ ਹੋਰ ਉੱਥੇ ਪਿਆ ਸੀ ਹੁਣ ਉਸ ਨੂੰ ਸਮਝਦਿਆ ਦੇਰ ਨਾਲ ਲੱਗੀ ਕਿ ਇਹ ਸੋਨੇ ਦਾ ਆਂਡਾ ਇਸੇ ਕੁਕੜੀ ਨੇ ਹੀ ਦਿੱਤਾ ਹੈ ਉਹ ਕੁਕੜੀ ਵੀ ਆਂਡੇ ਦੇ ਕੋਲ ਹੀ ਬੈਠੀ ਸੀ ਕਿਸਾਨ ਨੇ ਕੁਕੜੀ ਨੂੰ ਪਲੋਸਿਆ ਮੀਨਜ਼ ਪਿਆਰ ਕੀਤਾ ਪਲੋਸਿਆ ਪਿਆਰ ਕੀਤਾ ਮਤਲਬ ਪਿਆਰ ਦੇ ਨਾਲ ਉਸ ਦੇ ਉੱਪਰ ਹੱਥ ਫੇਰਿਆ ਉਸ ਤੋਂ ਅਗਲੇ ਦਿਨ ਵੀ ਅਜਿਹਾ ਹੀ ਹੋਇਆ ਹੁਣ ਉਸ ਨੂੰ ਇਕ ਰੋਜ਼ ਇੱਕ ਸੋਨੇ ਦਾ ਅੰਡਾ ਮਿਲਣ ਲੱਗ ਪਿਆ ਕਿਸਾਨ ਦੇ ਮਨ ਵਿੱਚ ਲਾਲਚ ਆ ਗਿਆ ਉਹ ਸੋਚਣ ਲੱਗਾ ਕਿ ਇਸ ਕੁਕੜੀ ਦੇ ਢਿੱਡ ਵਿੱਚ ਕਿੰਨੇ ਕੁ ਸੋਨੇ ਦੇ ਅੰਡੇ ਹੋਣਗੇ ਮੈਨੂੰ ਇਸ ਨੂੰ ਮਾਰ ਕੇ ਸਾਰੇ ਅੰਡੇ ਕੱਢ ਲੈਣੇ ਚਾਹੀਦੇ ਹਨ ਕਹਿੰਦੇ ਹਨ ਕਿ ਜਦੋਂ ਲਾਲਚ ਮਨ ਤੇ ਸਵਾਰ ਹੁੰਦਾ ਹੈ ਤਾਂ ਉਹ ਕੋਈ ਨਫਾ ਨੁਕਸਾਨ ਨਹੀਂ ਦੇਖਦਾ ਅਗਲੇ ਦਿਨ ਕਿਸਾਨ ਨੇ ਆਪਣਾ ਦਾਤਰ ਲਿਆ ਤੇ ਉਸ ਕੁਕੜੀ ਨੂੰ ਪਾੜ ਸੁਟਿਆ ਹੁਣ ਖੁਸ਼ੀ-ਖੁਸ਼ੀ ਉਸ ਦਾ ਢਿੱਡ ਫਰੋਲਣ ਲੱਗਾ ਪਰ ਉਹ ਵੇਖ ਕੇ ਨਿਰਾਸ਼ ਹੋ ਗਿਆ ਕਿਉਂਕਿ ਉਸ ਦੇ ਢਿੱਡ ਵਿੱਚ ਸਿਵਾਏ ਗੰਦ ਦੇ ਹੋਰ ਕੁਝ ਵੀ ਨਹੀਂ ਸੀ ਹਾਂਜੀ ਬੇਟਾ ਕਹਿੰਦਾ ਕਿ ਜਦੋਂ ਮਨ ਇਨਸਾਨ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਤਾਂ ਉਹ ਆਪਣਾ ਨਫਾ ਨਫਾ ਮੀਨਸ ਕੋ ਲਾਭ ਜਾਂ ਨੁਕਸਾਨ ਨਹੀਂ ਉਹਨੂੰ ਦਿੱਸਦਾ ਉਹਨੂੰ ਐ ਲੱਗਦਾ ਕਿ ਮੈਂ ਜੋ ਕਰ ਰਿਹਾ ਉਹ ਸਹੀ ਹੈ ਤੇ ਇਦਾਂ ਹੀ ਹੋਏਗਾ ਜਿਉ ਮੇਰਾ ਜੋ ਮੈਂ ਸੋਚ ਰਿਹਾ ਉਦਾਂ ਹੀ ਹੋਏਗਾ ਜੀ ਉਸਨੇ ਸੋਚਿਆ ਸੀ ਨਾ ਕਿ ਕਿਸਾਨ ਨੇ ਕਿ ਮੁਰਗੀ ਦੇ ਪੇਟ ਵਿੱਚੋਂ ਅੰਡੇ ਨਿਕਲਣਗੇ ਤੇ ਉਸਨੇ ਉਸਨੂੰ ਮਾਰ ਦਿੱਤਾ ਪਰ ਇਦਾਂ ਨਹੀਂ ਹੋਇਆ ਕਿਸਾਨ ਸਿਰ ਫੜ ਕੇ ਬੈਠ ਗਿਆ ਉਸ ਦੀ ਸੋਨੇ ਦਾ ਅੰਡਾ ਲੈਣ ਦੇਣ ਵਾਲੀ ਕੁੱਕੜੀ ਨਹੀਂ ਸੀ ਰਹੀ ਉਸਨੇ ਆਪਣੇ ਹੱਥੀਂ ਆਪਣੀ ਕਿਸਮਤ ਦਾ ਗਲਾ ਘੁੱਟ ਲਿਆ ਉਸਨੇ ਮਤਲਬ ਆਪਣੇ ਹੱਥਾਂ ਨਾਲ ਹੀ ਆਪਣੀ ਕਿਸਮਤ ਖਰਾਬ ਕਰ ਲਈ ਪਰੰਤੂ ਹੁਣ ਕੀ ਹੋ ਸਕਦਾ ਸੀ ਸਿਵਾਏ ਪਛਤਾਉਣ ਦੇ ਕਿ ਬਿਨਾ ਪਛਤਾਵੇ ਤਾਂ ਹੁਣ ਕੀ ਹੋ ਸਕਦਾ ਸੀ ਸੋ ਪਿਆਰੇ ਬੱਚਿਓ ਲਾਲਚ ਬੁਰੀ ਬਲਾ ਹੈ ਕਦੇ ਵੀ ਲਾਲਚ ਵਿੱਚ ਨਾ ਆਓ ਜੋ ਮਿਲਦਾ ਹੈ ਉਸੇ ਵਿੱਚ ਹੀ ਸਬਰ ਕਰੋ ਹਾਂਜੀ ਬੇਟਾ ਨੈਕਸਟ ਦੇਖੋ ਸ਼ਬਦ ਅਰਥ ਰਾਸ਼ਨ ਖਾਣ ਪੀਣ ਦਾ ਸਮਾਨ ਪਰਤਾਇਆ ਵਾਪਸ ਮੁੜ ਆਇਆ ਲਾਲਚ ਲੋਭ ਪਾੜ ਸੁਟਿਆ ਮਾਰ ਦਿੱਤਾ ਕਿਸਮਤ ਦਾ ਗਲਾ ਘੁੱਟਣਾ ਕਿਸਮਤ ਖਰਾਬ ਕਰਨੀ ਚਮਕਦੀ ਨਿਸ਼ਕਦੀ ਭਲੋਸਣਾ ਹੱਥ ਫੇਰ ਕੇ ਪਿਆਰ ਕਰਨਾ ਨਫਾ ਲਾਭ ਕਿਸਮਤ ਤਕਦੀਰ ਸਿਵਾਏ ਬਿਨਾ ਓਕੇ ਸਟੂਡੈਂਟਸ ਥੈਂਕ ਯੂ